ਇਹ ਇੱਥੋਂ ਦੀ ਯੂਨੀਵਰਸਿਟੀ ਦਾ ਲੈਕਚਰ ਹਾਲ ਹੈ ਦੇਖੋ ਇੱਥੇ ਸਾਰੇ ਪ੍ਰੋਫੈਸਰ ਬੈਂਦੇ ਨੇ ਆਇਆ ਮੁਲਕ ਪਰਾਏ ਤੇਰੇ ਸ਼ਹਿਰ ਤੋਂ ਗਿਆ 4 ਸਾਲ ਹੋ ਗਏ ਛੱਡੇ ਆਏ ਰੰਗਲਾ ਪੰਜਾਬ ਮੇਰਾ ਰੰਗਲਾ ਪੰਜਾਬ ਤੇ ਅੱਜ ਆਪਾਂ ਘੁੰਮਣ ਜਾ ਰਹੇ ਹਾਂ ਚਰਨ ਵਸੀ ਦੀਆਂ ਬਾਕੀ ਘੈਂਟ ਥਾਵਾਂ ਘੁੰਮਣ ਤੋਂ ਪਹਿਲਾਂ ਨਾ ਯਾਰ ਥੋੜ੍ਹਾ ਜਿਹਾ ਨਾ ਲੈਵਲ ਵਧਾਉਣਾ ਪੈਂਦਾ ਹੈ ਕਿਉਂਕਿ ਬਿਨਾਂ ਐਨਰਜੀ ਤੋਂ ਤੁਸੀਂ ਘੁੰਮ ਨਹੀਂ ਸਕਦੇ ਤਾਂ ਆਪਾਂ ਐਨਰਜੀ ਵਧਾਉਣ ਵਾਸਤੇ ਜਾ ਰਹੇ ਹਾਂ ਕਿੱਥੇ ਜਾ ਰਹੇ ਹਾਂ ਚਾਚੇ ਕੋਲ ਜਾ ਰਹੇ ਹਾਂ ਕੌਣ ਚਾਚਾ ਤੁਹਾਨੂੰ ਚਾਚੇ ਦਾ ਨਹੀਂ ਪਤਾ ਕੋਈ ਨਾ ਤੁਹਾਨੂੰ ਜਾ ਕੇ ਮਿਲਾਉਂਦਾ ਅਤੇ ਆਪਣਾ ਕਮਰਾ ਹੈ ਬੜਾ ਘੈਂਟ ਹੈ ਛੋਟਾ ਜਿਹਾ ਬਾਹਰ ਮਾਹੌਲ ਗਰਮ ਹੈ ਪੂਰਾ ਘੈਂਟ ਤੁਹਾਨੂੰ ਦਿਖਾਉਂਦਾ ਸਾਹਮਣੇ ਪਤਾ ਕੌਣ ਹੈ ਜਿਹੜੇ ਪੋਲੈਂਡ ਸਲੋਵਾਕੀਆ ਬਾਰਡਰ ਤੋਂ ਫੜੇ ਗਏ ਅਤੇ ਮਾਈਨਰ ਸੀ 18 ਸਾਲ ਤੋਂ ਘੱਟ ਉਹਨਾਂ ਨੂੰ ਰੱਖਿਆ ਜਾਂਦਾ ਰਿਹਾ ਯਾਨੀ ਕਿ ਯਤੀਮ ਆਸ਼ਰਮ ਹੈ ਜਦੋਂ ਥੋੜ੍ਹੇ 18 ਸਾਲ ਤੋਂ ਵੱਡੇ ਹੋ ਗਏ ਇਹਨਾਂ ਨੂੰ ਦੂਜੀ ਸਾਈਡ ਸ਼ਿਫਟ ਕਰ ਦਿੱਤਾ ਜਾਊਗਾ ਆਪਾਂ ਪਹੁੰਚ ਗਏ ਆਪਣਾ ਚਾਚਾ ਚਾਚਾ ਉਰਫ ਜੋਸ਼ਨ 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 ਮੈਂ ਪਹਿਲੀ ਵਾਰ ਸੁਣਿਆ ਗੋਤਾ ਚਾਚੇ ਦਾ ਅਤੇ ਰੈਸਟੋਰੈਂਟ ਵੀ ਹੈ ਚਾਚਾ ਪੂਰਾ ਤਗੜਾ ਕੁੱਕ ਹੈ ਤੇ ਮਾਲਕ ਓਨਰ ਵੀ ਹੈ ਰੈਸਟੋਰੈਂਟ ਦਾ ਬਾਕੀ ਤਗੜਾ ਐਕਸਪੀਰੀਅੰਸ ਪਹਿਲਾਂ ਆਪਾਂ ਕਰਾਂਗੇ ਲੰਚ ਫਿਰ ਜਾਵਾਂਗੇ ਘੁੰਮਣ ਘੁੰਮਣ ਅੱਜ ਆਪਣਾ ਭਰਾ ਰਾਹੁਲ ਨੈਣੀਤਾਲ ਤੋਂ ਆਪਾਂ ਨੂੰ ਘੁਮਾਊਗਾ ਪੂਰਾ ਸ਼ਹਿਰ ਤੇ ਪਹਿਲਾਂ ਆਪਾਂ ਜਾ ਰਹੇ ਹਾਂ ਕਿਸੇ ਬਿਲਡਿੰਗ ਤੇ ਫਾਈਨਲੀ ਆਪਾਂ CNU ਆ ਗਏ ਚਰਨਵਾਸੀ ਨੈਸ਼ਨਲ ਯੂਨੀਵਰਸਿਟੀ ਤੇ ਇਹ 1875 ਦੀ ਹੈ ਅੰਮ੍ਰਿਤਸਰ ਵਾਲੇ ਖਾਲਸਾ ਕਾਲਜ ਤੋਂ ਵੀ ਪੁਰਾਣੀ ਹੈ ਉਹ 1892 'ਚ ਬਣਿਆ ਤੇ ਬੜੀ ਸੋਹਣੀ ਬਿਲਡਿੰਗ ਹੈ ਇਹਦੇ ਅਲੱਗ ਅਲੱਗ ਡਿਪਾਰਟਮੈਂਟ ਨੇ ਬੜੀ ਖੂਬਸੂਰਤ ਸਾਡਾ ਭਰਾ ਦੱਸੂਗਾ ਤਾਂ ਤੁਸੀਂ ਉਰੇ ਘੁੰਮਣ ਆ ਸਕਦੇ ਹੋ ਲਾਈਕ ਟਿਕਟ ਲੱਗਦੀ ਹੈ ਇੱਕ ਜਣੇ ਦੇ 10 ਗਰੀਬਨ ਅਤੇ ਆਪਾਂ ਅੰਦਰ ਆ ਗਏ ਇੰਟੀਰੀਅਰ ਦੇਖੋ ਇਹਦਾ ਕਿੰਨਾ ਪੁਰਾਣਾ ਹੈ ਕਿੰਨਾ ਸੋਹਣਾ ਜਿਵੇਂ ਆਪਣੇ ਬਥੇਰੀਆਂ ਲੜਾਈਆਂ ਹੁੰਦੀਆਂ ਨੇ ਫਿਲਮਾਂ ਤੱਕ ਬਣੀਆਂ ਨੇ ਕਾਲਜ 'ਚ ਪ੍ਰਧਾਨਗੀ ਲੈਣੀ ਹੈ ਕੁੱਟ ਦਿਉ ਵੱਢ ਦਿਉ ਇਹ ਕਰ ਦਿਉ ਤੁਹਾਨੂੰ ਇੱਥੇ ਦਿਖਾਉਣਾ ਇੱਥੋਂ ਦੇ ਪ੍ਰੈਜ਼ੀਡੈਂਟ ਕੋਈ ਵੀ ਤੁਹਾਨੂੰ ਮੁੰਡਾ ਨਹੀਂ ਮਿਲੂਗਾ ਦੇਖੋ ਆ ਇੱਥੋਂ ਦੀ ਪ੍ਰੈਜ਼ੀਡੈਂਟ ਹੈ ਇਹ ਕੈਸ਼ੀਅਰ ਹੈ ਅਤੇ ਇਹ ਸੈਕਟਰੀ ਹੈ ਸਾਰੇ ਅਲੱਗ ਅਲੱਗ ਅਹੁਦੇਦਾਰ ਨੇ ਸਾਰੀਆਂ ਕੁੜੀਆਂ ਨੇ ਦੇਖੋ ਕਿੰਨੀ ਪਹਿਲ ਦਿੱਤੀ ਜਾਂਦੀ ਹੈ ਉਰੇ ਔਰਤ ਨੂੰ ਅਤੇ ਇੱਥੋਂ ਕਿੰਨੇ ਲੋਕ ਪੜ੍ਹੇ ਹੋਣੇ ਹੁਣ ਵੀ ਦੇਖੋ ਕਿੰਨਾ ਘੰਟੇ ਦਾ ਇੰਟੀਰੀਅਰ ਹੁਣ ਵੀ ਪਿਆ ਦੇਖੋ ਆ ਸਾਰਾ ਆ ਗਿਆ ਉਹਨਾਂ ਦਾ ਜੋ ਵੀ ਨੋਟਿਸ ਬੋਰਡ ਆ ਗਿਆ ਸਿੱਧੀ ਜਿਹੀ ਗੱਲ ਹੈ ਵੀ ਜਿਹੜੇ ਲੈਕਚਰ ਲੱਗਦੇ ਨੇ ਆ ਸਾਰੀ ਟਾਈਮ ਟੇਬਲ ਅਤੇ ਬਾਕੀ ਹੁਣ ਔਨਲਾਈਨ ਕਲਾਸਾਂ ਲੱਗਦੀਆਂ ਬਾਕੀ ਤੁਹਾਨੂੰ ਮੈਂ ਉਹ ਵੀ ਦਿਖਾਉਂਦਾ ਇਹਨਾਂ ਦਾ ਲੈਕਚਰ ਵਾਲਾ ਰੂਮ ਜਿਹਾ ਆਪਾਂ ਉਹ ਪਹਿਲੇ ਡਿਪਾਰਟਮੈਂਟ 'ਚੋਂ ਬਾਹਰ ਆ ਗਏ ਬਹੁਤ ਸਾਰੇ ਡਿਪਾਰਟਮੈਂਟ ਨੇ ਅਤੇ ਯੂਨੀਵਰਸਿਟੀ ਜਨੈਕਸੋ ਦੀ ਹੈਰੀਟੇਜ ਪਲੇਸ ਵਿੱਚ ਆਉਂਦੀ ਹੈ 2011 'ਚ ਐਡ ਕੀਤਾ ਸੀ ਬਹੁਤ ਖੂਬਸੂਰਤ ਹੈ ਯਾਰ ਬਾਹਰੋਂ ਤਾਂ ਐਂ ਲੱਗਦਾ ਨਾ ਜਿਵੇਂ ਖੰਡਰ ਜੀ ਹੈ ਨਾ ਘਾਹ ਘੂਹ ਜਾ ਉੱਗਿਆ ਪਿਆ ਜਦੋਂ ਅੰਦਰ ਜਾਂਦੇ ਹੋ ਤਾਂ ਸਟੂਡੈਂਟ ਬੈਠੇ ਨੇ ਕੋਈ ਪ੍ਰੋਸਪੈਕਟ ਲੈ ਰਿਹਾ ਕੋਈ ਕੁਛ ਡੀਨ ਆਫਿਸ ਅੱਗੇ ਬੈਠੇ ਤਾਂ ਆਹ ਕਿਹੜਾ ਡਿਪਾਰਟਮੈਂਟ ਹੈ ਇਹ ਮੇਨ ਡਿਪਾਰਟਮੈਂਟ ਹੈ ਆਪਾਂ ਪਹੁੰਚ ਗਏ ਇਹ ਉਹ ਨਹੀਂ ਦੂਜਾ ਹਾਲ ਨਹੀਂ ਹੈਗਾ ਜਿਵੇਂ ਸਮਾਗਮ ਹਾਲ ਨਹੀਂ ਹੁੰਦੇ ਵੀ ਕੋਈ ਸਮਾਗਮ ਹੋ ਰਿਹਾ ਹੋਵੇ ਇੱਦਾਂ ਉੱਦਾਂ ਇਹ ਇੱਥੋਂ ਦੀ ਯੂਨੀਵਰਸਿਟੀ ਦਾ ਲੈਕਚਰ ਹਾਲ ਹੈ ਦੇਖੋ ਇੱਥੇ ਸਾਰੇ ਪ੍ਰੋਫੈਸਰ ਬਹਿੰਦੇ ਨੇ ਅਤੇ ਆਹ ਸਾਰੇ ਸਟੂਡੈਂਟ ਇਹ ਇੰਨੀਆਂ ਚੇਅਰਸ ਕਾਹਤੋਂ ਲੱਗੀਆਂ ਹੋਈਆਂ ਨੇ ਪ੍ਰੋਜੈਕਟਰ ਲੱਗਦਾ ਇੱਥੇ ਓਕੇ ਸਕਰੀਨ ਦੇ ਵਿੱਚ ਪ੍ਰੈਜੈਂਟ ਕਰਦੇ ਆ ਓਕੇ ਅਤੇ ਆਹ ਦੇਖੋ ਬੜਾ ਘੈਂਟ ਹੈ ਯਾਰ ਲੈਕਚਰ ਹਾਲ ਵੀ ਦੇਖੋ ਅਤੇ ਇਹਦੇ ਨਾਲ ਹੀ ਇਹ ਵੱਡਾ ਸਾਰਾ ਕਾਨਫਰੰਸ ਹਾਲ ਹੈ ਦੇਖੋ ਕਿੱਡਾ ਵੱਡਾ ਹਾਲ ਹੈ ਕਾਨਫਰੰਸ ਚੇਅਰਸ ਦੇਖੋ ਆ ਮੇਨ ਟੇਬਲ ਲੱਗਿਆ ਹੈ ਅਤੇ ਬਹੁਤ ਤਕੜਾ ਵਿਊ ਹੈ ਅਤੇ ਬਾਹਰੋਂ ਦਿਖਾਉਂਦਾ ਮੈਂ ਬਾਹਰੋਂ ਸਾਰੀ ਯੂਨੀਵਰਸਿਟੀ ਦਾ ਵਿਊ ਆਉਂਦਾ ਦੇਖੋ ਯੂਨੀਵਰਸਿਟੀ ਦੇਖੋ ਯਾਰ ਕਿੰਨੀ ਸੋਹਣੀ ਹੈ ਜੀ ਦੇਖੀ ਜਾ ਮੈਂ ਦਿਲ ਕਰ ਰਿਹਾ ਅਤੇ ਕਿੰਨੇ ਘੈਂਟ ਘੈਂਟ ਉਰੇ ਪੁਰਾਣ ਵਾਲੇ ਹਾਲ ਨੇ
ਤਾਂ ਆਪਣੇ ਤਾਂ ਦੇਸ਼ ਨੂੰ ਮਾੜਾ ਨਹੀਂ ਕਹਿੰਦਾ ਯਾਰ, ਲਾਈਕ ਐਜੂਕੇਸ਼ਨ ਹੀ ਨਹੀਂ ਹੈ ਨਾ ਸਰਕਾਰੀ ਸਕੂਲਾਂ ਦੇ ਉੱਪਰ ਚੱਕਿਆ ਜਾਵੇ, ਉਹਨਾਂ ਨੂੰ ਇਹ ਵਧੀਆ ਬਣਾ ਦਿੱਤਾ ਜਾਵੇ ਤਾਂ ਜੋ ਵਧੀਆ ਐਜੂਕੇਸ਼ਨ ਮਿਲ ਜੇ। ਆਪਾਂ ਯੂਨੀਵਰਸਿਟੀ ਦੀ ਬੈਕ ਸਾਈਡ ਆ ਸਕਦੇ, ਆ ਗਏ, ਦੇਖੋ ਕਿੰਨੀ ਘੈਂਟ ਲੱਗ ਰਹੀ ਹੈ ਇੱਥੋਂ ਵੀ ਲੁੱਕ। ਅਤੇ ਆਹ ਪਿੱਛੇ ਜਿਹੜੀ ਤੁਸੀਂ ਮੋਨੂਮੈਂਟ ਦੇਖ ਰਹੇ ਹੋ ਮੂਰਤੀ, ਇਹ ਇੱਥੋਂ ਦੇ ਆਰਕੀਟੈਕਚਰ ਦੀ ਹੈ, ਜਿੰਨੀ ਯੂਨੀਵਰਸਿਟੀ ਨੂੰ ਡਿਜ਼ਾਇਨ ਕਰਿਆ ਸੀ, ਇੰਨੀ ਖੂਬਸੂਰਤ ਰਚਨਾ ਬਣਾਈ ਬੰਦੇ ਨੇ, ਉਹਦੀ ਵੀ ਇਹਨਾਂ ਨੇ ਉਰੇ ਮੂਰਤੀ ਲਾ ਰਹੀ ਹੈ। ਦੇਖੋ ਆਪਣੇ ਵਾਲੇ ਲਾਉਂਦੇ ਨੇ ਲੀਡਰਾਂ ਦੀ। ਬੈਕ ਸਾਈਡ 'ਤੇ ਗਾਰਡਨ ਹੈ, ਇੱਥੋਂ ਵੀ ਬੜੀ ਖਤਰਨਾਕ ਲੁੱਕ ਆ ਰਹੀ ਹੈ ਯੂਨੀਵਰਸਿਟੀ ਦੀ। ਗਾਰਡਨ ਹੈ, ਜੰਨਤ ਹੈ, ਦੇਖੋ ਆਹ ਪੋਪੀ ਫਲਾਵਰ ਲੱਗ ਰਹੇ ਨੇ, ਪੋਪੀ ਫਲਾਵਰਸ ਆ, ਬੈਠਣ ਨੂੰ ਥਾਂ ਹੈ, ਆਹ ਰਾਹ ਜਾ ਰਿਹਾ, ਕਿੰਨੇ ਘੈਂਟ ਘੈਂਟ ਦਰਖਤ ਨੇ, ਅਤੇ ਬਹੁਤ ਵੱਡਾ ਇਹ ਗਾਰਡਨ। ਉਦੋਂ ਕਿਹੜਾ ਯਾਰ ਟਿਊਬਵੈੱਲ ਹੋਇਆ ਕਰਦਾ, ਦੇਖੋ ਉਦੋਂ ਫਿਰ ਪਾਣੀ 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 ਨਾਲ ਹੀ ਜ਼ਿੰਦਗੀ ਹੈ, ਤਾਰੇ ਖੂਹ ਚੱਲਿਆ ਕਰਦਾ, ਆਹ ਲੋਕ ਲੱਗ ਰਿਹਾ, ਪਰ ਇਹ ਖੂਹ ਹੈ ਦੇਖੋ, ਇਹਦੇ ਨਾਲ ਘੁਮਾਇਆ ਕਰਦੇ ਵੱਡੇ ਸਾਰੇ ਰੋਲਰ ਨਾਲ, ਹੇਠਾਂ ਖੂਹ ਹੈ ਦੇਖੋ। ਰੈਸਟੋਰੈਂਟ 'ਚ ਲੈ ਗਿਆ ਭਰਾ, ਲੇਕ ਦੇ ਵਿੱਚ ਰੈਸਟੋਰੈਂਟ, ਪਾਪਿਆਂ ਨੂੰ ਕਰਨ ਅਸੀਂ 'ਚ ਦੇਖੋ, ਆਹ ਹੋਰ ਵੱਡਾ ਬਣ ਰਿਹਾ ਰੈਸਟੋਰੈਂਟ। ਅਤੇ ਯੂਕਰੇਨ ਦੀ ਜਿਹੜੀ ਕੈਪੀਟਲ ਹੈ ਕੀਵ ਦੀ ਵੀ ਇੱਕ ਖਾਸੀਅਤ ਹੈ, ਦੁਨੀਆ 'ਚ ਸਭ ਤੋਂ ਜ਼ਿਆਦਾ ਰੈਸਟੋਰੈਂਟ ਕੀਵ 'ਚ ਹੀ ਨੇ, ਤੁਹਾਨੂੰ ਥੋੜ੍ਹੇ ਜਿਹੇ ਡਿਸਟੈਂਸ ਬਾਅਦ ਹੀ ਰੈਸਟੋਰੈਂਟ ਮਿਲ ਜੂਗਾ ਕੀਵ 'ਚ। ਅਤੇ ਬਾਕੀ ਬੜਾ ਖੂਬਸੂਰਤ ਹੈ ਅੱਜ, ਬੱਦਲ ਵਾਈ ਜੇ ਮੀਂਹ ਨਹੀਂ ਆਇਆ, ਪਰ ਤੁਸੀਂ ਬੈਠ ਬੁੱਟ ਸਕਦੇ ਹੋ ਦੇਖੋ। ਇਹ ਪਾਰਕ ਬੜਾ ਘੈਂਟ ਹੈ, ਲੇਕ ਕੋਲੇ ਬੜਾ ਆਨੰਦ ਹੈ, ਔਰ ਜਿਹੜੇ ਮੇਰੇ ਪਿੱਛੇ ਬੂਟੇ ਲੱਗੇ ਹੋਏ ਨਾ ਸਾਰੇ ਸੇਬਾਂ ਦੇ ਨੇ, ਸਾਡੇ ਰਾਹੁਲ ਭਰਾ ਨੇ ਦੱਸਿਆ ਕਿ ਉਰੇ 12 ਮਹੀਨੇ 30 ਦਿਨ ਜਿਵੇਂ ਆਪਣੇ ਤਾਂ ਅਮਰੂਦ ਹੁੰਦੇ ਨੇ ਪੰਜਾਬ 'ਚ ਜਿਹਨੂੰ 12 ਪਾਸੀਏ ਕਹਿ ਦਿੰਦੇ ਆ, ਉਰੇ ਸੇਬ ਲੱਗਦੇ ਨੇ, ਲੋਕ ਇੱਥੋਂ ਤੋੜਦੇ ਨੇ ਸੇਬ, ਉਰੀ ਰੇੜੀਆਂ ਲਾ ਦਿੰਦੇ, ਤੁਹਾਨੂੰ ਦਿਖਾਉਂਦਾ ਮੈਂ, ਆਹ ਦੇਖੋ ਆਹ ਲੱਗ ਰਹੇ ਨੇ ਸੇਬ, ਲੱਗ ਰਹੇ ਨੇ ਦੇਖੋ। ਮੀਂਹ ਫੇਰ ਆ ਗਿਆ, ਅਤੇ ਇੱਧਰਲੀ ਸਾਈਡ ਫੁੱਟਬਾਲ ਦਾ ਗਰਾਊਂਡ ਆ ਛੋਟਾ ਜਿਹਾ ਪ੍ਰੈਕਟਿਸ ਕਰਨ ਵਾਸਤੇ, ਆਹ ਗਰਾਊਂਡ ਪੂਰਾ ਫੁੱਟਬਾਲ ਦਾ ਪੂਰਾ ਹੀ ਹੈ, ਬਸ ਇਤਨਾ ਇਤਨਾ ਗਰਾਊਂਡ ਤੋਂ ਨਹੀਂ ਹੁੰਦਾ ਯਾਰ ਫੁੱਟਬਾਲ ਕਾ, ਇਹ ਛੋਟੇ ਛੋਟੇ ਬੱਚੇ ਵੀ ਯਹਾਂ ਪਰ ਫੁੱਟਬਾਲ ਖੇਡ ਰਹੇ ਆ, ਆਪ ਇਸੇ ਆਈਡੀਆ ਲਾ ਸਕਦੇ ਹੋ ਕਿੰਨਾ ਕਰੇਜ਼ ਹੈ ਉਰੇ ਫੁੱਟਬਾਲ ਦਾ। ਆਹ ਦੇਖੋ ਇੱਥੇ ਫੁੱਟਬਾਲ ਦਾ ਲੋਗੋ ਵਾਲਾ ਡਸਟਬੀਨ ਬਣਿਆ, ਐਵੇਂ ਦੀ ਫੁੱਟਬਾਲ ਦੇਖ ਕੇ ਮੈਨੂੰ ਮੇਰੀ ਬਚਪਨ ਵਾਲੀ ਫੁੱਟਬਾਲ ਯਾਦ ਆ ਗਈ, ਅਸੀਂ ਸਾਡੇ ਪਿੰਡ ਸਰਕਾਰੀ ਸਕੂਲ 'ਚ ਸਫੈਦੇ ਲੱਗੇ ਹੋਇਆ ਕਰਦੇ, ਉਦੋਂ ਉੱਚੀ ਨੀਵੀਂ ਥਾਂ, ਐਵੇਂ ਦੀ ਫੁੱਟਬਾਲ ਹੋਇਆ ਕਰਦੀ, ਉਹ ਲੈ ਕੇ ਖੇਡਿਆ ਕਰਦੇ ਸਫੈਦਿਆਂ ਵਿੱਚ ਹੀ ਖੇਡਦੇ ਰਹਿੰਦੇ। ਮੈਂ ਆ ਗਿਆ ਆਪਣੇ ਰੂਮ 'ਚ, ਅਤੇ ਬਰਥਡੇ ਯਾਰ ਜਸ ਕਰਨ ਦਾ, ਹੁਣ ਘਰੇ ਥੋੜ੍ਹੀ ਮਨਾਵਾਂਗੇ ਨਾ, ਬਾਹਰਲੇ ਮੁਲਕ 'ਚਾਂ ਤਾਂ ਲੋਕ ਤਾਂ ਜਦੋਂ ਘਰੇ ਹੁੰਦੇ ਨੇ ਉਦੋਂ ਵੀ ਘਰੇ ਨਹੀਂ ਸ਼ਾਇਦ ਸੈਲੀਬ੍ਰੇਟ ਕਰਦੇ, ਤਾਂ ਬਾਹਰਲੇ ਮੁਲਕ 'ਚ ਬਾਹਰ ਹੀ ਕਰਾਂਗੇ, ਕਿੱਥੇ ਕਰਾਂਗੇ ਸੈਲੀਬ੍ਰੇਟ। ਹੈਪੀ ਬਰਥਡੇ ਡੀਅਰ ਜਸ, ਕਰਦੇ ਆ ਪਿਆਰ ਲੋਕੀ ਪਿਆਰ ਪੂਰ ਭੁੱਲੇ, ਜਿਸਮਾਂ ਦੇ ਲੋਕ ਵੀ ਸਾਰੇ ਰੰਗ ਰੂਪ ਤੇ ਹੀ ਡੁੱਲੇ, ਪਿੰਜਰੇ ਦਾ ਬਣ ਕੇ ਮੈਂ ਕੈਦ ਹੋ ਗਿਆ, ਆਇਆ ਮੁਲਕ ਪਰਾਏ ਤੇਰੇ ਸ਼ਹਿਰ ਤੋਂ ਗਿਆ, 4 ਸਾਲ ਹੋ ਗਏ ਛੱਡੇ ਆਏ, ਰੰਗਲਾ ਪੰਜਾਬ ਮੇਰਾ, ਰੰਗਲਾ ਪੰਜਾਬ ਮੇਰਾ, ਰੰਗਲਾ ਪੰਜਾਬ, ਮੁੜ ਜਾਣਾ ਕਦੋਂ ਰੱਬਾ, ਭੇਜ ਚਿੱਠੀ 'ਚ ਜਵਾਬ ਤੇਰਾ, ਭੇਜ ਚਿੱਠੀ 'ਚ ਜਵਾਬ ਤੇਰਾ। ਉੱਚੀਆਂ ਉਡਾਰੀਆਂ ਦੇ ਖਾਬ ਦੇਖਦੇ, ਕਿਹਨੇ ਕਿੱਥੇ ਤੱਕ ਜਾਣਾ ਸਭ ਹਿਸਾਬ ਲੇਖਦੇ, ਦੇਖਣੇ ਨੂੰ ਸੱਚੀ ਅੱਜ ਸੀਨ ਲੱਗਦੇ, ਸਾਥ ਅਸੀਂ ਸੀ ਨਿਭਾਇਆ ਅੱਜ ਮੀਨ ਲੱਗਦੇ, ਆਪਣੇ ਜ਼ਮੀਨ ਦੱਬਦੇ, ਦਿੱਤੇ ਦਾਦਿਆਂ ਦੇ ਕਿੱਲਿਆਂ ਦੇ ਬੜਾ ਫੱਬਦੇ, ਆਪਣੇ ਹੀ ਆਪਣੇ ਟੈਮੀ ਉੱਤੇ ਨਾਲ ਬੇਬੇ ਬਾਪੂ ਖੜਦੇ, ਮਾੜੇ ਟਾਈਮ ਉੱਤੇ ਨਾਲ ਬੇਬੇ ਬਾਪੂ ਖੜਦੇ, ਬੇਬੇ ਬਾਪੂ ਖੜਦੇ, ਧੋਖੇ ਨੇ ਕੱਲ ਕੁਛ ਕੀਤਾ ਨੀ ਬਦਾਮ ਨੇ, ਗਿਣਤੀ ਦੇ ਯਾਰ ਅੱਜ ਹੱਥ ਵਿੱਚ ਜਾਮ, 4 ਸਾਲ ਹੋ ਗਏ ਛੱਡੇ ਆਏ, ਰੰਗਲਾ ਹੈ ਰੰਗਲਾ ਪੰਜਾਬ ਮੇਰਾ, ਰੰਗਲਾ ਪੰਜਾਬ। ਆਪਾਂ ਪਹੁੰਚ ਗਏ ਆਪਣੇ ਟਿਕਾਣੇ ਤੇ, ਤੇ ਘੈਂਟ ਸੀ ਬਰਥਡੇ ਬਾਈ ਦਾ ਨਾ, ਸੈਲੀਬ੍ਰੇਟ ਕੀਤਾ, ਡਿਨਰ ਡਿਨਰ ਕੀਤਾ ਆ ਕੇ, ਬਾਕੀ ਫਿਰ ਚਾਚਾ ਸਾਨੂੰ ਘੁੰਮਾ ਕੇ ਲਿਆ ਉਰੇ ਕਲੱਬ ਕਲੁੱਬ ਜੇ ਮੈਂ ਬਾਹਰੋਂ, ਕਿਉਂਕਿ ਹੁਣ ਤਾਂ ਕੋਵਿਡ ਕਰਕੇ ਬੰਦ ਨੇ,
तो नेक्स्ट ब्लॉग मिलते हैं, जो वधिया लगे लाइक करिए, शेयर करिए, जो नवे सबसक्राइब करिए।